ਕੀਤਾ ਹੈ ਤੈਨੂੰ ਨੌਕਰੀ ਦੇਣੀ ਹੈ ਨਹੀਂ ਉਹ ਟੋਕਰੀਆਂ ਜਿਹੜੀਆਂ ਨਾ ਉਹ ਤੇ ਆਪਣਾ ਹੋਵੇ ਨਾ ਉੱਤੇ ਆਗ ਸੁੱਟਣੀ ਹੈ ਜਿੱਥੇ ਯਾਰ ਆਈ ਤਾਂ ਫਰਕ ਨਹੀਂ 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 ਜਾਊਗਾ ਸ਼ਮਾ ਮਗਰ ਦਾ ਅੰਤਾ ਦੇਹੀ ਕੀ ਵੇਖ ਨਾ ਰਵੇ ਮੈਂ ਨਾ ਬਿਸਮਿਲਲਾ ਜੀ ਆ ਟੂਲ ਚ ਵੀ ਪਾ ਦੀ ਮਾਸਾ ਪੁਨਰ ਰੇਤ ਪਾਈ ਜਾ ਪੁਨਰ ਰੇਤ ਪਾਈ ਚੱਲ ਬਾਲਟਿਆਂ ਚ ਇਹਦਾ ਇੱਕ ਸੱਚ ਪਾ ਲਾ ਨਹੀਂ ਤੇ ਬਾਲਟਾ ਆ ਕੇ ਤੇ ਫਿਰ ਖੱਪਾਂ ਆਏ ਨਹੀਂ ਵੇਖੇ ਉਹ ਪੁੰਨਿਆ ਇਹਦਾ ਸਿਰ ਤੇ ਕਰਾਓ ਪਾਈ ਯਾਰ ਬਾਲਟਾ ਜਿਹੜਾ ਤਾ ਫਰਦਾ ਪਾਈ ਕਾ ਪਰ ਕੱਜ ਨਾ ਪਰ ਯਾਰ ਫੜ ਲੈ ਇਹਨੂੰ ਸ਼ਰਮ ਆਉਂਦੀ ਫੜਦੇ ਆ ਅਸੀਂ ਕੁਝ ਸਿੱਖਾਂ ਮੈਂ ਵੱਲੋਂ ਨੇ ਫੜ ਕੋ ਕਿਤੇ ਨੂੰ ਆਲੇ ਦੁਆਲੇ ਝਾਕੀ ਜਾਣਾ ਹੈ ਰਗਾ ਯਾਰ ਤੁਰ ਗਿਆ ਤੂੰ ਮੌਲਵੀ ਦਾ ਸਿੱਖਣਾ ਹੀ ਉਹਦਾ ਫੜ ਕੇ ਬੁਲਾਇਆ ਆ ਫੜ ਬਾਲਟਾ ਤਾਨੇ ਪੰਨੇ 20 ਲਾਣ ਕੀਤੇ ਆ ਤਾਕਮ ਤੋਂ ਹੁਣ ਫਿਰ ਤੁਰੰਤ ਦੇ ਕਰ ਹਾਂ ਜੀ ਫੜੀ 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 ਹੁਣ ਬਾਲਟਾ ਯਾਰ ਕੀ ਆ ਆਉਂਦੇ ਫਿਰ ਮੈਨੂੰ ਪਰਾਂ ਕਰ ਲਾ ਉੱਥੇ ਨੂੰ ਕਹ ਪਰਾਂ ਕਰ ਲਾ ਇਕੱਠਾ ਫਿਰ ਇਹਦੇ ਢਿੱਡ ਭਰ ਲੰਮਾ ਪੈ ਗਿਆ ਮਹਿਦੇ ਮਹਿੰਦ ਜੀ ਦਾ ਬਰਾਮਦਾ ਤਿਆਰ ਹੋ ਰਿਹਾ ਵਾ ਅੱਲਾ ਜੀ ਰਹਿਮਤ ਦੇ ਨਾਲ
ਮੇਰੇ ਵੱਲ ਮੂੰਹ ਕਰੋ। ਵਾਹਿਗੁਰੂ ਮਾਮ ਜੀ ਦਾ ਬਰਾਮਦਾ ਤਮੀਰ ਹੋ ਰਿਹਾ ਜੀ ਚੱਕਰ ਮੁਛਾਲੇ ਕਾ ਬਸਕੀਰਾਂ 'ਚ। ਬੜੀ ਖੂਬਸੂਰਤ ਮਸਜਿਦ ਮਸਜਿਦ ਦਾ ਅੰਦਰ ਵਾਲਾ ਹਿੱਸਾ ਹਾਲ
गाड़ी हाथ में होना नहीं पता था। नहीं आए ऐसे कैमरे तो अच्छा नहीं नहीं दही ये मजे में जब दाम देते बने कड़ाई कर लिया गाँव वाला तो हलाओ भी गुड़िया उन्होंने कर लिया नहीं नहीं करना माशाल्लाह जज़ाकअल्लाह इधर आया नहीं अच्छा ठीक है बंद ही रहना हाँ बंद ही रहना चलो चलो सही ओ मुंडिया ओ बाहर से आ तू मुड़ के आ भी गायब हो गया है एक बंदे की ड्यूटी रहा ना दो जी बुरी हड़कों वास्ते मैन पता मैं कम करना बहुत मैं पता हूँ तुम नहीं पता है तुम पता ही नहीं गा वो एक मन चो कड़े होता मैं सारे पापड़ गए ਯਾਰ ਬੁਰੇ ਹਰ ਬੋਲ ਮਲੇ ਨਾ ਤਾਂ ਪਹਿਲਾਂ ਹੋਇਆ ਕਰਨਾ ਬਾਨਨ ਕੀ
ਇਹਨਾਂ ਦਾ ਸ਼ਾਮਾ ਸਿਰ ਨਾ ਰਹਿਣਾ ਪੁੱਤ ਹੋ ਜਾਓ ਹੋ ਜਾਓ ਬਾਗੇ ਸਿਲਾਈ ਹੋ ਗਏ ਮੈਂ ਫਿਰ ਆ ਗਿਆ ਮੈਂ ਇੱਥੇ ਕਰਦੇ ਕਿਰਾਈ ਕਰ ਰਹੇ ਤੂੰ ਵੀ ਤਿਆਰ ਨਹੀਂ ਔਰਤਾਂ ਹੀ ਤਸਵੀਰ ਨਾ ਹਾਂਜੀ ਮੈਨੇ ਔਰਤਾਂ ਨਹੀਂ ਆ ਰਹੀ ਮੈਂ ਥੱਲੇ ਕਰ ਲੈਣਾ ਹੁਣ
ਮੈਂ ਬੁੱਢਿਆ ਕਾਲੀ ਸਾਹਿਬ ਕਿੱਥੇ ਆ? ਕਾਲੀ ਸਾਹਿਬ ਕੀ ਕਰ ਰਹੇ ਆ? ਜਿਹੜਾ ਬਾਹਰ ਕੱਢਦੇ ਟਾਈਮ ਕੋਈ ਨੀਗਾ ਉਹਨਾਂ ਨੂੰ ਆਵਾਜ਼ ਤੇ ਮਾਰੀ ਬੰਦੇ ਮੈਂ ਆਪ ਭਰਾਏ ਸੀ ਉਧਰੋਂ ਕਰ ਮੋੜ ਕਿੱਥੇ ਆ ਹੈ? ਚੱਲੇ ਕਿਤੇ ਜਰਾ ਇਹ ਤਾਂ ਫਿਰ ਕੰਮ ਇੱਧਰ ਮੈਂ ਤੇ ਚਲ ਯਾਰ ਅੱਜ ਤੁਸੀਂ ਸ਼ੁਰੂ ਕੀਤਾ ਕੰਮ ਕਿਤੇ ਕਿੱਥੋਂ ਕਰਨਾ ਜੀ? ਚਲੋ ਕਰੋ ਉਹ ਚਲ ਨਾ ਉਹ ਆਵਾਜ਼ ਮਾਰ ਗਾ ਬੁੜੇ ਸਰਦਾਰ ਆ ਗਾ ਤੂੰ ਨਾਲ ਆ ਮੈਂ ਦੱਸਦਾ ਤੈਨੂੰ ਨਹੀਂ ਆ ਜਾਣਾ ਮੈਂ ਅੱਜ ਕਿਸੇ ਚੱਕਰ ਲਵਾਉਣ ਦਿਆਂ ਚਲੋ ਨਾਲ ਹੋ ਚੱਲ ਆ ਜਾ ਮੈਂ ਤੂੰ ਉੱਥੇ ਦੇਖਾ ਨਾਲੇ ਵੀ ਚੱਲਦੇ ਮਸਜਿਦ ਦੇ ਗਰਾਏ ਗੱਲਾਂ ਸੁਣਾਉਣੀਆਂ ਗੱਲਾਂ ਅਸੀਂ ਬੜੇ ਸੁਣਾਉਣੇ ਆ ਤੂੰ ਹਾਂ ਕੰਮ ਕਰਾ ਨਾਲ ਕੀਤੀ ਉਹ ਇਹਦਾ ਪਵਾ ਲਾਂਗੇ ਉਹ ਆਪੇ ਦੇ ਆਏ ਇੰਨੇ ਚੱਲਦੇ ਆਪਣੇ ਲੱਬੀ ਕਾਲੀ ਦੇ ਹਨਾ ਸੁਣਦੇ ਉਹਨੇ ਬੋਲਣਾ ਬਾਪ ਹੈ ਪਤਾ ਨੀ ਲਿਖੋ ਹੁਣ ਕੱਲੂ ਕੀ ਹਾਂ ਸਾਹਿਬ ਚਲੋ ਨਾਮ ਲਿਖਾਉਣਾ ਯਾਰ ਨਾਮ ਲਿਖਾਉਣਾ ਨਾਮ ਲਿਖਾ ਕੇ ਆਉਣਾ ਉਧਰੋਂ ਇੱਧਰ ਪਤਾ ਬੇਟਾ
अपनी मछली किस तरह बनी है इस तरह चलो पंद्रह मिनटां दी बन गई आ ते हुण उन्हां ने कहा औरत विच ना आवे हुण मैं इत्थे करां बंद करां आंदे बंद भी नहीं करना औरत ना आवे तो मर्द 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 लै आया है किन्ने पुत 500 रुपया लिखो जी अब्दुल हमीद के आ गया लाल लंगा साडा वाला आएगा ये सलाह कर लै पे ले इक पहरे थक गए ये थक गए अस्सलाम वालेकुम सलाम भी लेना ਓਏ ਸੁਣੋ ਮਾਸਟਰ ਸਾਹਿਬ ਨੇ ਕਹਿਣਾ ਉਹਨਾਂ ਕਾ ਮੋਟਰਸਾਈਕਲ ਲੈ ਆਓ ਇੱਥੋਂ ਚੱਲ ਜੀ ਅੱਗੇ ਬਹਿ ਕਿੱਧਰ ਮਾਸਟਰ ਮੁਤੀਆ ਸਾਹਿਬ ਹੈਲੋ ਕਰਦੇ ਹੈਲੋ
17 ਮਿੰਟਾਂ ਦੀ ਅਦੇ ਗੁਲਾਮ ਨੂੰ ਕਹਿੰਦੇ ਗੁਲਾਮ ਨੂੰ ਕਹਿੰਦੇ ਚਲੀਏ ਕਿਸੇ ਹੋਰ ਬਾਜ਼ਾਰ ਕਿਸੇ ਹੋਰ ਬਾਜ਼ਾਰ ਚਲੀਏ ਇਹਨਾਂ ਦੇ ਨਾਲ ਹੁਣ ਫਿਰ ਕੀ ਕਰਾਂ ਹੈਲੋ ਬਸ ਸਹੀ ਬਈ ਬਾਈਆਂ ਮਿੰਟਾਂ ਦੀਆਂ ਬਾਈਆਂ ਦੀ ਕਰਨ ਦਾ
ਠੀਕ ਹੈ। ਤੈਨੂੰ ਮਾਰਦੀ ਆ ਪਿੱਛੇ ਰਹੋ ਤੁਸੀਂ ਅੱਗੇ ਜਾਈਏ ਸਭ ਵੇਖਿਆ ਕਰ ਤੀਸਰੀ ਸੀ ਜੀ ਮੈਂ ਪੁਰਾਣ ਪਾ ਟਾਪ ਪੜਿਆ। ਅੱਛਾ ਫਿਰ ਮੈਂ ਆਪਣੀ ਵਾਲਦਾ ਨੂੰ ਸੁਣਾਇਆ। ਅੱਛਾ ਕਹਿੰਦੀ ਇੱਥੇ ਆਪ ਜਿਹੜੀ ਮੰਗ ਹੁੰਦਾ ਕਿ ਉਹਨੂੰ ਸੁਣਾਇਆ। ਅੱਛਾ ਮੈਨੂੰ ਕਿਹਾ ਠੀਕ ਹੈ। ਅੱਛਾ ਦੂਸਰੀ 'ਚ ਮੈਂ ਖੱਤ ਲਿਖਣ ਲੱਗ ਪਿਆ ਸੀ। ਅੱਛਾ ਦੂਸਰੀ 'ਚ? ਦੂਸਰੀ 'ਚ। ਅੱਛਾ ਜੇ ਨੂੰ ਬੜਾ ਰੱਬ ਨਹੀਂ ਦਿੱਤਾ ਮੇਰੇ, ਮੈਂ ਹੁਣ ਨਹੀਂ ਇਸ ਗੱਲ ਨੂੰ ਸਮਝਣਾ, ਮੇਰੇ ਸਾਈਆਂ ਦਾ ਕਰਮ ਤਾਂ 16 ਸਾਲ ਦੇ ਨੂੰ ਬੈਤ ਕੀਤੀ ਸੀ ਜੀ। 16 ਸਾਲ ਦੇ? ਹਾਂ, ਬੜੀ ਗੱਲ। ਔਰ ਮੈਂ ਵਾਅਦਾ ਇਹ ਹੁੰਦਾ ਸੀ ਉਸ ਵੇਲੇ ਬੈਤ ਦਾ, ਹੁਣ ਤਾਂ ਕਹਿੰਦੇ ਪੱਲਾ ਫੜ ਲਾ, ਕਲਮਾ ਪੜ੍ਹ ਲਾ, ਕਲਮਾ 'ਚ ਮੌਤ ਵੀ ਪੜ੍ਹਾਉਂਦੇ ਸ਼ਰੀਰ 'ਚ ਪਹਿਲਾਂ ਮਤਲਬ ਉਤਰਾ ਪਿੰਡ ਕਿਹੜਾ ਸੀ ਉੱਥੇ? ਉੱਥੇ ਮੇਰਾ ਪਿੰਡ ਸੀ ਨਿੱਕੀਵਾਲ। ਨਿੱਕੀਵਾਲ ਹਰਿਆਣਾ ਸ਼ਹਿਰ ਸੀ, ਉੱਥੇ ਅਸੀਂ ਪੜ੍ਹਦੇ ਹੁੰਦੇ ਸੀ। ਅੱਛਾ, ਕਿੱਡੀ ਦੂਰ ਇੱਥੋਂ ਸੂਗਾ ਨਾ? ਅੱਛਾ, ਕਿੱਡੀ ਦੂਰ ਸੀ? ਅੱਛਾ, ਮੈਂ 4 ਸਾਲ ਦਾ ਜਦੋਂ ਮੇਰੀ ਮਾਂ ਨੇ ਮੈਨੂੰ ਪੜ੍ਹੇ ਪਾਤਾ, ਸਾਰੇ ਟੱਬਰ 'ਚੋਂ ਪੈਂਤੀਆਂ ਗਈਆਂ। ਅੱਛਾ, ਅਤੇ ਬਾਬਾ ਸਾਡਾ ਬੜਾ ਗੁੱਸੇ ਹੋਵੇ, ਇਹ ਕਹਿੰਦਾ ਇੱਕ ਪੈਲੀ 40 ਦੀ ਲਾ ਲਈਏ। ਅੱਛਾ, ਮੁੱਕ ਜੀ ਸੀ। ਜ਼ਮੀਨ ਜੂ ਬਹੁਤ ਸੀ, ਪਹਿਲੀਆਂ ਟੂਰੀਆਂ ਲਾਈਆਂ ਹੋਣੀਆਂ, ਕਿਤੇ ਕਪਾਹ ਦੋ ਮਰਬੇ ਬੀਜੇ ਹੋਣੇ, ਕਿਤੇ ਕੁਛ, ਕਿਤੇ ਕੁਛ ਮਾਲ ਸਾਲ ਗਿਆ, ਡੰਗਰ ਜੀ ਬੜੇ ਸੀ। ਅੱਛਾ, ਚਾਰ ਤਾਏ ਚਾਚੇ ਸਾਰੇ ਇਕੱਠੇ ਹੋਣ, ਪੁੱਤ ਪੁੱਤ, ਮੈਂ ਤਾਂ ਦੋ ਤੇ ਛੋਟਿਆਂ ਦੀ ਲਾਜ ਕਹਿੰਦਾ, ਮੈਂ ਭਰਾ ਵੀ ਵੱਡਾ ਛੋਟਾ ਵਾਂ, ਅਤੇ ਉਹ ਕਹਿੰਦਾ ਸੀ ਪੜ੍ਹਨੇ ਨਹੀਂ ਪਾਉਣਾ, ਸਾਡੀ ਮਾਂ ਨੇ ਨਾ। ਚਲੋ ਅੱਲਾ ਤੁਹਾਨੂੰ ਸਿਹਤ ਦੇ, ਤੇਰੀ ਉਮਰ 84 ਸਾਲ ਤਾਂ ਫਿਰ ਬਹੁਤ ਤੇਰੀ ਉਮਰ, ਤੈਨੂੰ ਸਾਰਾ ਪਤਾ ਹੋਣਾ। ਨਿੱਕੀਵਾਲ ਪਿੰਡ ਸੀ? ਨਿੱਕੀਵਾਲ ਪਿੰਡ ਸੀ, ਅੱਜ ਤਾਂ ਉਹਨੂੰ ਪੁੱਛੀ ਖਾਂ। ਤਹਿਸੀਲ ਕਿਹੜਾ ਸੀ? ਤਹਿਸੀਲ ਵੀ ਹੁਸ਼ਿਆਰਪੁਰ, ਜ਼ਿਲ੍ਹਾ ਵੀ ਹੁਸ਼ਿਆਰਪੁਰ। ਅੱਛਾ ਅੱਛਾ, ਮੈਂ ਇੱਥੇ ਚਲ ਗਿਆ ਇੰਡੀਆ 'ਚ, ਮੇਰਾ ਨਾ ਬਣੇ ਪਾਸਪੋਰਟ। ਅੱਛਾ, ਸੂਫੀ ਹਬੀਬ ਹੁੰਦਾ ਸੀ ਇੱਕ, ਇੱਥੇ ਦੇਖਿਆ ਹੋਣਾ, ਉਹਨੇ ਮੈਨੂੰ ਬਣਵਾ ਕੇ ਦਿੱਤਾ। ਉਹ ਫਿਰ ਆਇਆ ਸੀ ਨਾ ਪਹਿਲੇ ਉਰਸ 'ਤੇ, ਬਜਵਾੜੇ ਕਰਾਇਆ ਸੀ ਇਹਨਾਂ ਨੇ। ਅੱਛਾ, ਅਤੇ ਮੈਂ ਕਿਹਾ ਪੁੱਖਰਾ ਮੈਂ ਨਹੀਂ ਦੇਖਿਆ, ਉਹਨੇ ਫਿਰ ਨਾ 5 ਰੁਪਏ ਰਿਸ਼ਵਤ ਦਿੱਤੀ ਫੈਸਲਾ ਬਾਅਦ, ਪਤਾ ਨਹੀਂ ਤਹਿਸੀਲਦਾਰ ਸੀ ਕਿਹੜਾ ਆਫਿਸਰ, ਉਹਨੇ 10 ਕੇ ਦੁਕਾਨੇ ਮੈਜਿਸਟਰੇਟ ਜਿੱਤੀ ਜਿੱਤਣਾ। ਅੱਛਾ ਅੱਛਾ, ਅਤੇ ਉਹ ਮੈਨੂੰ ਨਾਲ ਹੀ ਨਾ ਲੈ ਕੇ ਗਿਆ ਆਉਂਦਾ,
ਚੋਵੀ ਬਣ ਗਈ ਆ ਨਾ ਵੀਡੀਓ ਹੁਣ ਉਹ ਵਿੱਚ ਹੁਣ ਕੱਢ ਲੈਣੀ ਸਬਸਕ੍ਰਾਈਬਰ ਤੇ ਬੜੇ ਆ ਹੁਣ ਅਠਾਈਆਂ ਮਿੰਟਾਂ ਦੀ ਨਹੀਂ 1000 ਬਈ ਕਿੰਨੇ ਸਬਸਕ੍ਰਾਈਬ ਹੋਏ ਆ ਫਿਰ ਪੈਸੇ ਮਿਲਦੇ ਹੁੰਦੇ ਮਿਲੀ ਗਾ ਨਾ ਹੋਵੇ 1 ਕਰੋੜ ਪਹਿਲਾਂ ਪੁਲਿਸ ਵਾਲਾ ਦੇਖਣਾ ਪੈਸਾ ਮੈਂ ਤਾਂ ਚੱਲਦਾ ਚਲੋ ਯਾਰ 2 ਮਿੰਟ ਖਲੋਇਓ ਵਧੀਆ ਬਣ ਰਹੀ ਹੈ ਇੱਥੇ ਕਰਨ ਆ ਅੱਧਾ ਘੰਟਾ ਹੋ ਗਿਆ ਦੂਸਰੇ ਬਾਜ਼ੂ ਇੱਧਰ ਸੀ
ਪੱਕਾ ਹੀ ਉਹਨਾਂ ਦਾ ਮੁੜ ਕੇ ਸਵੇਰੇ ਸਿੱਧਾ ਨਾ ਚਲੋ ਮੋਸਨ ਠੀਕ ਹੈ ਕੋਈ